ਕਾਂਗਰਸ ਨੇ ਅੱਜ ਦੇਸ਼ ਭਰ ਦੇ ਵਿੱਚ ਮੋਨਵਰਤ ਧਾਰਨ ਕੀਤਾ ਚੰਡੀਗੜ੍ਹ ਤੇ ਵਿੱਚ ਪੂਰੂ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਸੀਨੀ ਰਾਗੂ ਪਵਨ ਬੰਸਲ ਵੀ ਮੋਨਤਾਰਨ ਕਰਨ ਲਈ ਪਹੁੰਚੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬੰਸਲ ਜੀ ਅੱਜ ਕਿਹੜੇ-ਕਿਹੜੇ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਅੱਜ ਮੋਨਵਰਤ ਧਾਰਨ ਕੀਤਾ ਗਿਆ ਵੈਸੇ ਤਾਂ ਦੇਸ਼ ਦੇ ਵਿੱਚ ਹਰ ਵਕਤ ਗੱਲ ਕਰਨ ਲਈ ਮੁੱਦੇ ਹੀ ਮੁੱਦੇ ਹਨ ਸਰਕਾਰ ਹਰੀ ਗੱਲਾਂ ਵਿਫਲ ਹੋ ਰਹੀ ਹੈ ਲੋਕਾਂ ਨਾਲ ਜ਼ਿਆਤੀਆਂ ਹੋ ਰਹੀਆਂ ਨੇ ਪਰ ਅੱਜ ਖਾਸ ਮੁੱਦੇ ਤੇ ਪ੍ਰਦਰਸ਼ਨ ਕਰੀ ਜੋ ਕਿਸਾਨ ਸਨ ਉਹਨਾਂ ਦੇ ਉੱਪਰ ਗੱਡੀ ਕਿਸ ਤਰ੍ਹਾਂ ਲੰਘ ਗਈ ਤੇ ਉਹਨਾਂ ਨੂੰ ਰੋਂਦੀ ਚਲੀ ਗਈ ਉਸ ਤੇ ਕੇਂਦਰ ਦੇ ਵਿੱਚ ਮਿਨਿਸਟਰ ਆਫ ਸਟੇਟ ਫਾਰ ਹੋਮ ਅਫੇਅਰਸ ਅਜੀਤ ਕੁਮਾਰ ਮਿਸ਼ਰਾ ਜੀ ਦਾ ਬੇਟਾ ਆਸ਼ੀਸ਼ ਮਿਸ਼ਰਾ ਉਹਦੇ ਵਿੱਚ ਸੀ ਉਹ ਦਾ ਗੁਨਾਹਗਾਰ ਸੀ ਕਈ ਦਿਨੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਫੜਨ ਦੇ ਵਾਸਤੇ ਅਖੀਰ ਦੇ ਵਾਸਤੇ ਜਦੋਂ ਸੁਪਰੀਮ ਕੋਰਟ ਨੂੰ ਉਹਦੇ ਵਿੱਚ ਇੰਟਰਵਿਨ ਕਰਨਾ ਪਿਆ ਸੁਪਰੀਮ ਕੋਰਟ ਨੇ ਆਪਣੇ ਜ਼ਿਮੇ ਕੰਮ ਲੇਤਾ ਉਦੋਂ ਕਬਰਾ ਕੇ ਪੁਲਿਸ ਹਰਕਤ ਦੇ ਵਿੱਚ ਆਈ ਉਦੋਂ ਉਹਦੀ ਪੁੱਛਤਾਸ਼ ਹੋਈ ਅਤੇ ਉਹਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਹੈ ਉਹਨਾਂ ਕਾਫੀ ਨਹੀਂ ਕੇਂਦਰ ਦੇ ਵਿੱਚ ਮੰਤਰੀ ਬੈਠੇ ਨੇ ਉਸ ਵਕਤ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਕੋਈ ਕਿਸੇ ਢੰਗ ਦਾ ਇਨਸਾਫ ਹੋਏਗਾ ਇਹ ਇੱਕ ਲੋਥਾ ਪੁੱਛੀ ਹੋਏਗੀ ਕੋਈ ਕਿਸੇ ਤਰ੍ਹਾਂ ਦਾ ਨਹੀਂ ਦੇਖਿਆ ਜਾਏਗਾ ਸਿਰਫ ਸਮੇਂ ਕੱਢਣ ਦੇ ਵਾਸਤੇ ਇਸ ਤਰ੍ਹਾਂ ਦਾ ਉਹਨਾਂ ਨੇ ਕੀਤਾ ਹੈ ਕੇਂਦਰੀ ਮੰਤਰੀ ਨੂੰ ਇਸਤਫਾ ਦੇ ਦੇਣਾ ਚਾਹੀਦਾ ਹੈ ਅਤੇ ਸਪਸ਼ਟ ਤੌਰ ਦੇ ਵਿੱਚ ਉਹ ਕਹਿਣ ਕਿ ਮੈਂ ਬਿਲਕੁਲ ਪਾਸੇ ਰਹਾਂਗਾ ਉਸ ਵਕਤ ਉਹਦੇ ਵਿੱਚ ਤਫਤੀਸ਼ ਹੋਣੀ ਚਾਹੀਦੀ ਹੈ ਕੇਸ ਦੀ ਸਾਰੀਆਂ ਤੱਥ ਜਿਹੜੇ ਪੁਆਇੰਟਸ ਨੇ ਸਾਰੇ ਸਾਹਮਣੇ ਆਣਗੇ ਫਿਰ ਉਸਤੇ ਹਗਾ ਕੁਝ ਜਿਹੜੀ ਵਜਬਾ ਵਜਬ ਜੋ ਟੁਕਮੀ ਉਸਤੇ ਕੋਈ ਐਕਸ਼ਨ ਹੋਏਗਾ ਕਿਸੇ ਤਰ੍ਹਾਂ ਦੀ ਸਜ਼ਾ ਦਾ ਉਹ ਕੋਰਟਸ ਦਾ ਕੰਮ ਹੈ ਕੋਰਟ ਤੋਂ ਲੈਣ ਪਰ ਇਹ ਹੈ ਅਜਿਹੇ ਇਨਸਾਨ ਨੂੰ ਇਹ ਤੋਂ ਵੱਧ ਕੇ ਕੋਈ ਜਿਵੇਂ ਇੱਕ ਕਾਨੂੰਨ ਦੇ ਵਿੱਚ ਆਂਦਾ ਹੈ ਕਿ ਰੇਰੈਸਟ ਆਫ ਦ ਰੇਅਰ ਜਾਨ ਬੁਝ ਕੇ ਉੱਪਰ ਦੀ ਉਹਨੂੰ ਚੱਲਦੇ ਹੋਏ ਚਲੇ ਗਏ ਉਸ ਲਈ ਉਹਨੂੰ ਤਾਂ ਫਾਂਸੀ ਦੀ ਸਜ਼ਾ ਹੀ ਬਣਦੀ ਹੈ ਅਸੀਂ ਅੱਜ 10 ਵਜੇ ਤੋਂ 1 ਵਜੇ ਤੱਕ ਇੱਥੇ ਧਰਨੇ ਤੇ ਇਸੇ ਮੰਗ ਦੇ ਵਾਸਤੇ ਬੈਠੇ ਹਾਂ ਕਿ ਸ਼੍ਰੀ ਅਜੇ ਮਿਸ਼ਰਾ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇੱਕ ਨੈਤਿਕਤਾ ਦੇ ਵਿਨਾਤੇ ਅਤੇ ਅੱਜ ਜਦੋਂ ਕਿ ਅਸੀਂ ਇੱਥੇ ਬੈਠਣਾ ਚਾਹੁੰਦੇ ਸਾਂ ਕਾਂਗਰਸ ਹੈ ਯੂਥ ਕਾਂਗਰਸ ਹੈ ਐਨਐਸਯੂਆਈ ਨੇ ਉਹ ਸਾਰੇ ਅਜੇ ਇੱਥੇ ਇਕੱਠੇ ਸਾਥੀ ਹੋਏ ਨੇ ਉਦੋਂ ਕਾਂਗਰਸ ਦੇ ਪ੍ਰੈਜ਼ੀਡੈਂਟ ਜਦੋਂ ਅਗਾਹ ਜਾ ਕੇ ਥੋੜਾ ਅੱਗੇ ਜਾਣਾ ਚਾਹੇ ਉਹਨਾਂ ਨੇ ਉੱਥੇ ਜ਼ਿਆਤੀ ਕੀਤੀ ਉਹਨਾਂ ਦੇ ਨਾਲ ਉਹਨਾਂ ਨੂੰ ਆਗਾਮ ਵਧਨ ਨਹੀਂ ਦਿੱਤਾ ਅਤੇ ਉਸ ਕਰਕੇ ਸਾਰਿਆਂ ਨੇ ਫਿਰ ਉਸ ਤੋਂ ਬਾਅਦ ਧਰਨਾ ਇਸੀ ਇੱਥੇ ਰੱਖਿਆ ਹੈ ਵਿਰੋਧਤਾ ਦੇ ਲਈ ਤੁਸੀਂ ਇੱਕ ਵਾਰੀ ਫਿਰ ਕਾਂਗਰਸ ਨੇ ਜਿਹੜਾ ਹੈ ਗਾਂਧੀਵਾਦੀ ਤਰੀਕਾ ਇਖਤਿਆਰ ਕੀਤਾ ਲੱਗਦਾ ਹੈ ਕਿ ਸਰਕਾਰ ਦੇ ਉੱਤੇ ਇਹਦਾ ਕੋਈ ਅਸਰ ਹੋਏਗਾ ਕੋਈ ਨਹੀਂ ਪਤਾ ਇਹ ਸਰਕਾਰ ਤੇ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੋਇਆ ਇਹ ਸਰਕਾਰ ਦੇ ਲਈ ਨਹੀਂ ਇਹ ਲੋਕਾਂ ਨੂੰ ਦੱਸਣ ਵਾਸਤੇ ਹਾਂ ਕਿਸਾਨਾਂ ਨੂੰ ਦੱਸਣ ਵਾਸਤੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ ਇੱਕ ਫਰੈਟਰਨਿਟੀ ਹੈ ਇੱਕ ਸਾਡੀ ਭਾਈਚਾਰੇ ਦੇ ਤੌਰ ਤੇ ਇੱਕ ਦੇਸ਼ ਦੇ ਵਿੱਚ ਇਹ ਬੰਦ ਹੈ ਕਿ ਜਿਹੜੇ ਲਿਬਰਟੀ ਐਂਡ ਫਰੈਟਰਨਿਟੀ ਉਹ ਖਤਮ ਕਰ ਦਿੱਤੀ ਹੈ ਇਸ ਸਰਕਾਰ ਨੇ ਕੋਈ ਵੀ ਇੱਥੇ ਤਾਂ ਕਿਸੇ ਵਕਤ ਗੱਲ ਕਰੇ ਸਰਕਾਰ ਤੇ ਕੋਈ ਅਸਰ ਨਹੀਂ ਪ੍ਰਧਾਨ ਮੰਤਰੀ ਉਸੇ ਦਿਨ ਬਹੁਤ ਨੇੜੇ ਉਸ ਜਗ੍ਹਾ ਤੋਂ ਲਖਨਊ ਦੇ ਵਿੱਚ ਜਾ ਕੇ ਭਾਸ਼ਣ ਵੱਡਾ ਦੇ ਰਹੇ ਨੇ ਇੱਕ ਮਾਮੂਲੀ ਦਾ ਜ਼ਿਕਰ ਤੱਕ ਨਹੀਂ ਕੀਤਾ ਕਿ ਸਾਡੇ ਨੇੜੇ ਹੀ ਲਖੀਮਪੁਰ ਖੇੜੀ ਇਸ ਤਰ੍ਹਾਂ ਦੀ ਗੱਲ ਹੋ ਗਈ ਹੈ ਮੈਨੂੰ ਉਸ ਦਾ ਅਫਸੋਸ ਹੈ ਉਹ ਹਰ ਇੱਕ ਦੁਨੀਆ ਭਰ ਦੇ ਵਿੱਚ ਕਿੱਥੇ ਕੀ ਹੋ ਰਿਹਾ ਹੈ ਉਸ ਤੇ ਨਾਲ ਦੀ ਨਾਲ ਉਹ ਟਵੀਟ ਆ ਜਾਂਦੇ ਨੇ ਉਹਨਾਂ ਦੇ ਜਿਵੇਂ ਕਿ ਹਰ ਵਕਤ ਪੂਰੀ ਦੁਨੀਆ ਦੇ ਬਾਰੇ ਉਹਨਾਂ ਨੂੰ ਫਿਕਰ ਹੈ ਕਿੱਥੇ ਕੀ ਹੁੰਦਾ ਹੈ ਕਿਸੇ ਦੇ ਨਾਲ ਕੋਈ ਉਹਨਾਂ ਨੇ ਆਪਣੀ ਕੰਡੋਲੈਂਸਿਸ ਕਰਨੀ ਹੋਵੇ ਕਿਸੇ ਨਾਲ ਆਪਣੀ ਕਿਸੇ ਢੰਗ ਦੀ ਇੱਕ ਕਮਿਸਰੇਟ ਕਰਨਾ ਹੋਵੇ ਉਹ ਦਿਖਾਨ ਵਾਸਤੇ ਪਰ ਇੱਥੇ ਕਿਸਾਨਾਂ ਦੇ ਵਾਸਤੇ ਉਹਨਾਂ ਨੂੰ ਇੱਕ ਸੈਕਿੰਡ ਦਾ ਸਮੇਂ ਨਹੀਂ ਮਿਲਿਆ ਕਿ ਉਹ ਕਰਨ ਅਤੇ ਯੋਗੀਨ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਹੜੇ ਕਿ ਮੁੱਖ ਮੰਤਰੀ ਨੇ ਯੂਪੀ ਦੇ ਕਿ ਜਾਂ ਨਹੀਂ ਸਾਨੂੰ ਸਮਝ ਪੈਂਦਾ ਇਹ ਸਰਕਾਰ ਦੇ ਐਕਚੁਅਲੀ ਮਨਸੂਬੇ ਕੀ ਨੇ ਇਹ ਕਿਹੜਿਆਂ ਦੇ ਵਾਸਤੇ ਕੰਮ ਕਰ ਰਹੇ ਨੇ ਇਹ ਆਮ ਆਦਮੀ ਦੇ ਵਾਸਤੇ ਕਿਸਾਨ ਦੇ ਵਾਸਤੇ ਜਿਹੜਾ ਦੇਸ਼ ਦਾ ਅੰਧਾਤ ਹੈ ਉਹਦੇ ਵਾਸਤੇ ਤਾਂ ਇੱਕ ਸਾਲ ਹੋ ਗਿਆ ਵਿਚਾਰੇ ਉੱਥੇ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਕਾਨੂੰਨ ਸਾਡੇ ਹਿੱਤਾਂ ਦੇ ਹੱਕ ਵਿੱਚ ਨਹੀਂ ਹਨ ਸਾਡੇ ਖਿਲਾਫ ਕਾਨੂੰਨ ਨੇ ਸਾਨੂੰ ਖਤਮ ਕਰ ਦੇਣਗੇ ਉਹ ਕਹਿੰਦੇ ਨਹੀਂ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ ਹੈ ਇਹ ਕਾਨੂੰਨਾਂ ਦੇ ਰਾਹੀਂ ਤੁਹਾਡਾ ਬਹੁਤ ਵੱਡਾ ਫਾਇਦਾ ਹੋਏਗਾ ਇਸ ਤਰ੍ਹਾਂ ਦੀ ਇਹ ਸਰਕਾਰ ਹੈ ਮਨਮਰਜ਼ੀ ਕਰਦੀ ਹੈ ਕਿਸੇ ਢੰਗ ਦਾ ਕੋਈ ਨਹੀਂ ਪਰ ਇੱਕ ਉਸੇ ਥੋੜੀ ਜੀ ਸੰਤੋਸ਼ ਵਾਲੀ ਗੱਲ ਇਹੀ ਹੋਈ ਕਿ ਸੁਪਰੀਮ ਕੋਰਟ ਨੇ ਕੇਸ ਦੇ ਵਿੱਚ ਇੰਟਰਵਿਨ ਕੀਤਾ ਜਿਸ ਦੇ ਨਾਲ ਕੁਝ ਹੋਇਆ ਜੇਕਰ ਹਾਜੀ ਕੁਮਾਰ ਬਿਸ਼ਰਾ ਇਸਤੀਫਾ ਨਹੀਂ ਦਿੰਦੇ ਤਾਂ ਕਾਂਗਰਸ ਦੀ ਅਗਲੀ ਕੋਈ ਰਣਨੀਤੀ ਹੋਏਗੀ ਅਸੀਂ ਅਗਲੀਆਂ ਕਾਰਵਾਈਆਂ ਕਰੀ ਜਾ ਰਹੇ ਹਾਂ ਕੇਂਦਰ ਦੇ ਵਿੱਚ ਸਾਡੇ 16 ਤਰੀਕ ਨੂੰ ਸੀ ਡਬਲਯੂ ਸੀ ਦੀ ਮੀਟਿੰਗ ਹੈ ਬਹੁਤ ਸ਼ਾਨਦਾਰ ਇੱਕ ਬਹੁਤ ਵੱਡੀ ਮੀਟਿੰਗ ਪ੍ਰਿੰਕਾ ਜੀ ਨੇ ਕੱਲ ਕੀਤੀ ਲਖੀਨ ਉਹ ਲਖਨ ਉਹਦੇ ਵਾਰਾਨਸੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਆਪਣੀ ਕੰਸਟੀਚੂਐਂਸੀ ਦੇ ਵਿੱਚ ਉੱਥੇ ਉਹਨਾਂ ਨੇ ਦਲਿਤ ਬਸਤੀ ਦੇ ਵਿੱਚ ਝਾੜੂ ਵੀ ਲਗਾਇਆ ਰੋਡ ਸ਼ੋਅ ਐਡਾ ਜ਼ਬਰਦਸਤ ਹੋਇਆ ਸੀ ਉਹਨਾਂ ਦਾ ਕੰਮ ਯਾਗ ਰੈਲੀ ਤਾਂ ਬਿਲਕੁਲ ਹੀ ਇੱਕ ਰਿਕਾਰਡ ਤੋੜ ਰੈਲੀ ਸੀ ਕਿੰਨੇ ਲੋਕ ਐਨ ਹਮ ਹਮ ਆ ਕੇ ਉੱਥੇ ਪਹੁੰਚੇ ਉਸ ਤੋਂ ਬਾਅਦ ਹੁਣ ਸਾਡੀ 16 ਤਰੀਕ ਨੂੰ ਸੀ ਡਬਲਯੂ ਸੀ ਦੀ ਮੀਟਿੰਗ ਹੈ ਕਾਂਗਰਸ ਦੀ ਉੱਥੇ ਫੈਸਲਾ ਹੋਏਗਾ ਕਿ ਅਗਲੇ ਦਿਨਾਂ ਦੇ ਵਿੱਚ ਕੀ ਕੀਤਾ ਜਾਏਗਾ ਇੱਕ ਆਖਰੀ ਸਵਾਲ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਵੀ ਟਾਰਗੇਟ ਕਿਲਿੰਗ ਹੋ ਰਹੀ ਹੈ ਕਿ ਉਹਨਾਂ ਨੂੰ ਲੈ ਕੇ ਵੀ ਕਾਂਗਰਸ ਕੁਝ ਕਰੇਗੀ ਦੇਖੋ ਅਗਰ ਇੱਕ ਜਗ੍ਹਾ ਕੀਤਾ ਤੇ ਇਹ ਕਹਿੰਨਾ ਕਿ ਹੋਰ ਜਗ੍ਹਾ ਕਰੇਗੀ ਕਿ ਨਹੀਂ ਅਸੀਂ ਉਸ ਤੇ ਵੀ ਇਹੀ ਗੱਲ ਕਹਿੰਦੇ ਹਾਂ ਕਿ ਇਹ ਜ਼ਿਆਦਤੀ ਹੋ ਰਹੀ ਹੈ ਉੱਥੇ ਇਹ ਵਿਸ਼ਵਾਸ ਦਿਲਾਇਆ ਜਾ ਰਿਹਾ ਸੀ ਕੇਂਦਰ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਕਿ ਜੋ ਕਾਰਵਾਈ ਇਹਨਾਂ ਨੇ ਕਸ਼ਮੀਰ ਦੇ ਵਿੱਚ 2 ਸਾਲ ਪਹਿਲਾਂ ਕੀਤੀ ਉਹਦੇ ਨਾਲ ਰੰਗ ਢਾਂਗੀ ਬਦਲ ਦੇਣਗੇ ਇੱਕ ਹਿੰਦੂਸਤਾਨ ਨੂੰ ਸਵਰਗ ਬਣਾ ਦੇਣਗੇ ਕਸ਼ਮੀਰ ਜੋ ਇੱਕ ਸਵਰਗ ਹੁੰਦਾ ਸੀ ਉਸ ਵਕਤ ਉਹ ਬਣਾ ਦੇਣਗੇ ਅਸਲੀਅਤ ਬਿਲਕੁਲ ਉਸ ਤੋਂ ਵਿਪਰੀਤ ਹੈ ਤੇ ਹੁਣ ਸਾਡੇ ਸਾਹਮਣੇ ਆ ਗਿਆ ਹੈ ਕਿ ਉੱਥੇ ਟਾਰਗੇਟਡ ਕਿਲਿੰਗ ਜਿਹੜੀਆਂ ਮਾਈਨੋਰਟੀਜ਼ ਨੇ ਉੱਥੇ ਧਰਮ ਦੇ ਨਾਂ ਤੇ ਫਿਰ ਉੱਥੇ ਕਿਲਿੰਗ ਹੋਈਆਂ ਨੇ ਉੱਥੇ ਵਿੱਚ ਹਿੰਦੂ ਤੇ ਸਿੱਖਸ ਨੂੰ ਉੱਥੇ ਮਾਰਿਆ ਗਿਆ ਹੈ ਉਹਦੇ ਵਾਸਤੇ ਵੀ ਪ੍ਰਧਾਨ ਮੰਤਰੀ ਜੀ ਵੱਲੋਂ ਇੱਕ ਸ਼ਬਦ ਨਹੀਂ ਕਿਸੇ ਸ਼ੁਕਰੀਆ ਐਸ ਸੀ ਕਾਂਗਰਸ ਦੇ ਸੀਨੀਅਰ ਆਗੂ ਪਵਨ ਬੰਸਲ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਾਂਦੀ ਹੋ ਰਹੀ ਹੈ ਤੇ ਟਾਰਗੇਟ ਕਿਲਿੰਗ ਵੀ ਹੋ ਰਹੀ ਹੈ ਤੇ ਨਾਲੇ ਉਹਨਾਂ ਨੂੰ ਕਿਹਾ ਲਖੀਮ ਪੂਰਤੀ ਘਟਨਾ ਨੂੰ ਲੈ ਕੇ ਲਗਾਤਾਰ ਕਾਂਗਰਸ ਦਾ ਵਿਰੋਧ ਜਾਰੀ ਰਹੇਗਾ ਤੇ ਉਹਨਾਂ ਨੇ ਇਨਸਾਫ਼ ਦੀ ਗੱਲ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਇਨਸਾਫ਼ ਹੋਣਾ ਚਾਹੀਦਾ ਹੈ ਕੈਮਰਾਮੈਨ ਪਰਮਜੀਤ ਸਿੰਘ ਪੰਮੀ ਦੇ ਨਾਲ ਰਾਜੇ ਸ਼ੋਹਾਨ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ